ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ 2016 ইয়ার ਸੀ ਜਿਹੜਾ ਉਸ ਦੇ ਵਿੱਚ ਜੋ 8th ਕਲਾਸ ਦੇ ਸਟੂਡੈਂਟਸ ਨੂੰ ਐਨ ਐਮ ਐਮ ਐਸ ਦਾ ਪੇਪਰ ਆਇਆ ਸੀ ਉਸ ਦੇ ਵਿੱਚੋਂ ਮੈਥ ਦੇ ਪੋਰਸ਼ਨ ਨੂੰ ਕਰਾਂਗੇ ਸੋਲ ਤੇ ਚਲੋ ਸ਼ੁਰੂ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਆਪਣੇ ਕੋਲ ਜਿਹੜਾ ਕੁਐਸਚਨ ਆ ਰਿਹਾ ਮੈਥ ਦੇ ਪੋਰਸ਼ਨ ਦਾ ਉਹ ਹੈ ਕਿ ਜੇਕਰ ਦੋ ਕੋਣ ਪੂਰਕ ਹੋਣ ਤਾਂ ਉਹਨਾਂ ਦੇ ਮਾਪਾਂ ਦਾ ਜੋੜ ਕਿੰਨਾ ਹੁੰਦਾ ਹੈ ਪੂਰਕ ਕੋਣ ਜਿਹੜੇ ਹੁੰਦੇ ਨੇ ਉਹਨਾਂ ਦਾ ਜੋੜ ਹੁੰਦਾ ਹੈ 90 ਡਿਗਰੀ ਤੇ ਜੇਕਰ ਆਜਵੇ ਆਪਣੇ ਕੋਲ ਸੰਪੂਰਕ ਤਾਂ ਉਹਨਾਂ ਦਾ ਸਾਮ ਹੁੰਦਾ ਹੈ ਆਪਣੇ ਕੋਲ 180 ਡਿਗਰੀ ਸੰਪੂਰਕ ਯਾਨੀ ਕਿ ਸਪਲੀਮੈਂਟਰੀ ਤੇ ਪੂਰਕ ਯਾਨੀ ਕਿ ਕੰਪਲੀਮੈਂਟਰੀ ਸੋ ਇਸ ਦੇ ਲਈ ਜਿਹੜੀ ਦੂਜੀ অপਸ਼ਨ ਹੈ ਉਹ ਕਰੈਕਟ অপਸ਼ਨ ਹੈ ਹਾਂਜੀ ਅੱਗੇ ਹੈ ਕਿ ਤ੍ਰਿਭੁਜ ABC ਦਾ C ਕੋਣ ਹੈ ਉਹ ਸਮਕੋਣ ਦਿੱਤਾ ਹੋਇਆ ਹੈ ਤੇ AC ਦਿੱਤੀ ਹੋਈ ਹੈ 5 ਸੈਂਟੀਮੀਟਰ BC ਹੈ 12 ਸੈਂਟੀਮੀਟਰ ਤਾਂ AB ਦੀ ਲੰਬਾਈ ਆਪਾਂ ਪਤਾ ਕਰਨੀ ਹੈ ਸੋ ਇਸ ਦੇ ਲਈ ਆਪਾਂ ਬਣਾਵਾਂਗੇ ਰਾਈਟ ਟ੍ਰਾਇੰਗਲ ਹਾਂਜੀ ਰਾਈਟ ਟ੍ਰਾਇੰਗਲ ਦੇ ਵਿੱਚ ਉਹਨਾਂ ਨੇ ਸੀ ਐਂਗਲ ਹੈ ਜਿਹੜਾ ਉਹ 90 ਕਿਹਾ ਹੋਇਆ ਹੈ ਤੇ ਇੱਥੇ ਕਿਤੇ ਲੈ ਲਾਂਗੇ ਏ ਇੱਥੇ ਲੈ ਲਾਂਗੇ ਬੀ ਹਾਂਜੀ ਏ ਸੀ ਹੈ ਆਪਣੇ ਕੋਲ 5 ਸੈਂਟੀਮੀਟਰ ਤੇ ਬੀ ਸੀ ਹੈ ਆਪਣੇ ਕੋਲ 12 ਸੈਂਟੀਮੀਟਰ ਤਾਂ ਏ ਬੀ ਆਪਾਂ ਇਹਦੇ ਵਿੱਚ ਪਤਾ ਕਰਨੀ ਹੈ ਹਾਂਜੀ ਕਿਸੇ ਵੀ ਰਾਈਟ ਟ੍ਰਾਇੰਗਲ ਦੀਆਂ ਦੋ ਸਾਈਡਸ ਹੋਣ ਤਾਂ ਤੀਜੀ ਸਾਈਡ ਪਤਾ ਕਰਨ ਦੇ ਲਈ ਆਪਾਂ ਪਾਈਥਾਗੋਰਸ ਥੀਰਮ ਯੂਜ਼ ਕਰਦੇ ਹਾਂ ਜੋ ਹੁੰਦੀ ਹੈ ਕਰਨ ਦੀ ਦੋ ਬਰਾਬਰ ਲੰਬ ਦੀ ਦੋ प्लस आधार दी दो यानी कि हाइपोटेन्यूज स्क्वायर इज इक्वल्स टू बेस स्क्वायर प्लस परपेंडिकुलर द स्क्वायर सो ਇਹਦੇ ਵਿੱਚੋਂ ए बी ਦਾ ਸਕੁਅਰ ਆ ਜਾਏਗਾ ਇੱਕ ਪਾਸੇ ਦੂਜੇ ਪਾਸੇ ਆ ਜਾਏਗਾ 12 ਦਾ ਸਕੁਅਰ ਤੇ प्लस 5 ਦਾ ਸਕੁਅਰ ਸੋ 12 ਦਾ ਸਕੁਅਰ 144 5 ਦਾ ਸਕੁਅਰ 25 ਜੋੜ ਕਰਕੇ 169 ਜੋ ਕਿ ਆ ਗਿਆ 13 ਦਾ ਸਕੁਅਰ ਇੱਧਰ ਹੈ ए बी ਦਾ स्क्वेयर स्क्वेयर ნਲ ਸਕੁਆਇਰ ਕੈਨਸਲ ਕਰਕੇ ए बी ਆ ਜਾਏਗੀ ਆਪਣੇ ਕੋਲ 13 ਸੈਂਟੀਮੀਟਰ ਸੋ 13 ਸੈਂਟੀਮੀਟਰ ਇਸ ਦੇ ਵਿੱਚੋਂ ਸਹੀ ਆਨਸਰ ਆਏਗਾ ਜੋ ਕਿ ਪਿਆ ਹੈ ਆਪਣੇ ਕੋਲ ਪਹਿਲੀ ਹੀ অপਸ਼ਨ ਦੇ ਵਿੱਚ ਤਾਂ ਇਸ ਦੇ ਲਈ ਪਹਿਲੀ অপਸ਼ਨ ਹੈ கரੈਕਟ অপਸ਼ਨ ਹੈ ਹਾਂਜੀ ਹੁਣ ਇਸ ਤੋਂ ਇਲਾਵਾ ਜੇਕਰ ਤੁਸੀਂ ਡਾਇਰੈਕਟਲੀ ਕੁਝ ਜਿਹੜੇ ਪਾਈਥਾਗੋਰিয়ান ਟ੍ਰਿਪਲੇਟ ਨੇ ਉਹ ਯਾਦ ਕਰ ਸਕਦੇ ਹੋ ਤਾਂ ਵੈਲ ਐਂਡ ਗੁੱਡ ਪਾਈਥਾਗੋਰিয়ান ਟ੍ਰਿਪਲੇਟ ਜਿਹੜੇ ਜਿਹੜੇ ਨੇ ਆਪਾਂ ਗੱਲ ਕਰਦੇ ਆਂ ਇਥੇ 5 12 ਦੇ ਨਾਲ 13 ਦਾ ਹੁੰਦਾ ਹੈ ਪਾਈਥਾਗੋਰিয়ান ਟ੍ਰਿਪਲੇਟ ਯਾਨੀ ਕਿ ਜੇਕਰ ਕਿਸੇ ਸਮਕੋਣੀ ਤ੍ਰਿਭੁਜ ਦੇ ਵਿੱਚੋਂ ਆਧਾਰ ਤੇ ਲੰਭ 5 ਤੇ 12 ਨੇ ਤਾਂ ਉਸ ਦਾ ਕਰਨ 13 ਹੀ ਮਿਲੇਗਾ ਯਾਨੀ ਹਾਈਪੋਟੈਨਿਊਸ 13 ਹੀ ਆਏਗਾ ਇਸੇ ਤਰ੍ਹਾਂ ਹੋਰ ਜਿਹੜੇ ਪਾਈਥਾਗੋਰিয়ান ਟ੍ਰਿਪਲੇਟ ਹੁੰਦੇ ਨੇ ਉਹ ਹੁੰਦੇ ਨੇ ਆਪਣੇ ਕੋਲ 3 4 ਤੇ 5 ਦਾ ਇਹਨਾਂ ਦਾ ਡਬਲ ਕਰਕੇ ਜਾਂ ਟ੍ਰਿਪਲ ਕਰਕੇ ਵੀ ਜਿਹੜੇ ਬਣਦੇ ਨੇ ਉਹ ਵੀ ਹੋ ਸਕਦੇ ਨੇ 6 8 ਤੇ 10 ਦਾ ਇਸੇ ਤਰ੍ਹਾਂ ਇਹਦਾ ਟ੍ਰਿਪਲ ਵੀ ਕਰ ਸਕਦੇ ਆ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਤਾਂ ਆਪਣੇ ਕੋਲ ਇੱਕ ਹੋਰ ਜਿਹੜਾ ਪਾਈਥਾਗੋਰিয়ান ਟ੍ਰਿਪਲੇਟ ਹੁੰਦਾ ਹੈ ਉਹ ਹੁੰਦਾ ਹੈ 8 15 17 ਦਾ ਯਾਨੀ ਕਿ ਜੇਕਰ ਕਿਸੇ ਸਮਕੋਣੀ ਤ੍ਰਿਭੁਜ ਦੇ ਵਿੱਚ ਆਧਾਰ ਤੇ ਲੰਭ 8 ਅਤੇ 15 ਨੇ ਤਾਂ ਉਸ ਦਾ ਜਿਹੜਾ ਕਰਨ ਹੋਏਗਾ ਉਹ 17 ਹੋਏਗਾ ਕਿਉਂਕਿ 8 ਦਾ ਸਕੁਅਰ 64 ਹੁੰਦਾ ਹੈ ਤੇ 15 ਦਾ ਸਕੁਅਰ 225 ਹੁੰਦਾ ਹੈ ਜਿੱਤੋਂ ਬਣਦਾ ਹੈ 289 ਤੇ ਉਹਦਾ ਵਰਗਮੂਲ ਕਰਕੇ ਆਪਣੇ ਕੋਲ ਆਉਂਦਾ ਹੈ 17 ਸੋ ਇਹ ਕੁਝ ਪਾਈਥਾਗੋਰিয়ান ਟ੍ਰਿਪਲੇਟ ਨੇ ਜਿਹੜੇ ਤੁਸੀਂ ਯਾਦ ਕਰ ਲਓਗੇ ਤਾਂ ਤੁਹਾਡੇ ਕੰਮ ਆਣਗੇ ਇਸ ਤੋਂ ਇਲਾਵਾ ਇੱਕ ਹੋਰ ਜੋ ਮੈਨੂੰ ਯਾਦ ਆ ਰਿਹਾ ਫਿਲਹਾਲ ਉਹ ਹੈ ਕਿ 24 ਦੇ ਨਾਲ 7 ਦਾ ਤੇ ਉਸ ਤੋਂ ਬਾਅਦ ਆਉਂਦਾ ਆਪਣੇ ਕੋਲ 25 ਸੋ ਇਹਦਾ ਵੀ ਜਿਹੜਾ ਹੁੰਦਾ ਪਾਈਥਾਗੋਰিয়ান ਟ੍ਰਿਪਲੇਟ ਜੇਕਰ ਕਿਸੇ ਸਮਕੋਣੀ ਤ੍ਰਿਭੁਜ ਵਿੱਚ ਆਧਾਰ ਤੇ ਲੰਬ 7 ਤੇ 24 ਨੇ ਤਾਂ ਉਹਦਾ ਕਰਨ 25 ਹੀ ਹੋਏਗਾ ਸੋ ਇਹਨਾਂ ਤੁਸੀਂ ਯਾਦ ਕਰ ਲੈਣਾ ਹੈ ਸੋ ਜੇ ਕਦੇ ਤੁਹਾਨੂੰ ਡਾਇਰੈਕਟਲੀ ਯਾਦ ਹੁੰਦਾ ਤਾਂ ਤੁਸੀਂ ਡਾਇਰੈਕਟਲੀ ਇਹਦਾ ਸਿੱਧਾ ਹੀ ਆਨਸਰ 13 ਸੈਂਟੀਮੀਟਰ ਟਿਕ ਕਰ ਸਕਦੇ ਸੀ ਤੇ ਇਹਦੇ ਨਾਲ ਤੁਹਾਡਾ ਟਾਈਮ ਬਚੇਗਾ ਹਾਂਜੀ ਅੱਗੇ ਆੰਦੇ ਆਪਾਂ ਨੈਕਸਟ ਕੁਐਸਚਨ ਤੇ 30 ਸੈਂਟੀਮੀਟਰ ਅਰਧ ਵਿਆਸ ਵਾਲੇ ਚੱਕਰ ਦਾ ਖੇਤਰਫਲ ਪਤਾ ਕਰੋ ਹਾਂਜੀ ਚੱਕਰ ਦੇ ਖੇਤਰਫਲ ਦਾ ਫਾਰਮੂਲਾ ਹੁੰਦਾ ਆਪਣੇ ਕੋਲ ਏਰੀਆ ਦਾ ਪਾਈ ਆਰ ਸਕੁਅਰ ਤੇ ਪਾਈ ਦੀ ਵੈਲਿਊ ਹੁਣਾਂ ਨੇ ਆਪਾਂ ਦੇ ਰੱਖੀ ਹੈ 3.14 ਤੇ ਆਰ ਹੈ ਆਪਣੇ ਕੋਲ 30 ਸੋ ਇੰਟੂ 30 ਇੰਟੂ 30 ਸੋ ਇਹ ਬਣ ਗਿਆ ਆਪਣੇ ਕੋਲ 900 3.14 100 ਪੁਆਇੰਟ ਹਟਾ ਕੇ 100 ਆ ਦੋ ਜ਼ੀਰੋ ਨਾਲ ਦੋ ਜ਼ੀਰੋ ਕੱਟੀਆਂ ਜਾਣਗੀਆਂ 314 ਦੀ 9 ਦੇ ਨਾਲ ਗੁਣਾ ਕਰਾਂਗੇ 9 ਚੋਕਾ 36 ਪਿੱਛੇ ਆਏਗਾ ਆਪਣੇ ਕੋਲ 6 ਸੋ ਪਿੱਛੇ 6 ਇੱਕ ਹੀ অপਸ਼ਨ ਦੇ ਵਿੱਚ ਹੈ ਪਹਿਲੀ ਦੇ ਵਿੱਚ ਸੋ ਜੇ ਤੁਸੀਂ ਪੂਰੀ ਗੁਣਾ ਕਰ ਲੋਗੇ ਤਾਂ ਇੱਥੋਂ ਹੀ ਆਨਸਰ ਮਿਲੇਗਾ 3 9 1 9 10 11 12 1 9 3 27 ਤੇ 1 28 2280 226 ਬਣੇਗਾ ਇਸ ਦਾ ਆਨਸਰ ਸੋ ਜੇ ਤੁਸੀਂ ਗੁਣਾ ਕਰਨੀ ਸ਼ੁਰੂ ਕੀਤੀ ਤਾਂ ਤੁਸੀਂ ਦੇਖਿਆ ਕਿ ਇਕਾਈ ਦੇ ਅੰਕ ਤੋਂ ਹੀ ਤੁਹਾਨੂੰ ਆਨਸਰ ਦਾ ਪਤਾ ਲੱਗ ਗਿਆ ਸੀ ਸੋ ਇਸ ਤਰ੍ਹਾਂ ਤੁਸੀਂ ਟਾਈਮ ਬਚਾ ਸਕਦੇ ਹੋ ਆਪਣਾ ਡਾਇਰੈਕਟਲੀ ਉਸ ਆਨਸਰ ਨੂੰ ਟਿਕ ਕਰਕੇ ਹਾਂਜੀ ਨੈਕਸਟ ਤੇ ਆੰਦੇ ਆ 89th ਕੁਐਸਚਨ ਇਹਦਾ ਆਪਾਂ ਮੁੱਲ ਪਤਾ ਕਰਨਾ ਹੈ ਹਾਂਜੀ ਇਸ ਤਰ੍ਹਾਂ ਦਾ ਕੁਐਸਚਨ ਆ ਗਿਆ ਤਾਂ ਇਹਨੂੰ ਦੇਖ ਕੇ ਤੁਸੀਂ ਘਬਰਾਉਣਾ ਨਹੀਂ ਹੈ ਬਹੁਤ ਈਜ਼ੀ ਹੁੰਦਾ ਹੈ ਇਹਨੂੰ ਸੋਲਵ ਕਰਨਾ ਹੈ ਅੰਦਰ ਤੋਂ ਬਸ ਸੋ ਇਹਨੂੰ ਜਦੋਂ ਅੰਦਰੋਂ ਸੋਲਵ ਕਰਾਂਗੇ ਤਾਂ ਇਹਨਾਂ ਦਾ ਜੋੜ ਬਣੇਗਾ ਆਪਣੇ ਕੋਲ 169 ਕਿਉਂਕਿ ਉਹਦੇ ਉੱਤੇ ਉਹਦਾ ਵਰਗਮੂਲ ਪਿਆ ਹੈ ਸੋ ਇਹਦਾ ਵਰਗਮੂਲ ਮਿਲੇਗਾ ਆਪਾਂ ਨੂੰ 13 ਸੋ ਆਹ ਜਿਹੜਾ 13 ਹੋਏਗਾ ਫਿਰ ਇਸ 108 ਦੇ ਵਿੱਚ ਜੋੜ ਕੇ ਆਪਾਂ ਨੂੰ ਮਿਲ ਜੇਗਾ ਇਹਦੇ ਵਿੱਚੋਂ 8 ਤੇ 3 11 1 121 ਫਿਰ ਉਹਦਾ ਵਰਗਮੂਲ ਹੈ ਤਾਂ ਇੱਥੋਂ ਮਿਲ ਜੇਗਾ ਆਪਾਂ ਨੂੰ 11 ਸੋ ਇਹ 11 ਜਿਹੜਾ ਆ ਗਿਆ 25 'ਚ ਜੁੜ ਜੇਗਾ ਫਿਰ 25 ਤੇ 11 ਦਾ ਜੋੜ ਆ ਗਿਆ 36 36 ਦਾ ਵਰਗਮੂਲ ਹੋਏਗਾ 6 ਤੇ ਉਹ 6 ਜੁੜ ਜੇਗਾ 10 ਦੇ ਵਿੱਚ 10 ਤੇ 6 ਤੋਂ ਬਣੇਗਾ 16 ਉਹਦਾ ਹੈ ਵਰਗਮੂਲ ਆਪਣੇ ਕੋਲ ਆਨਸਰ ਮਿਲੇਗਾ 4 ਸੋ ਇਸ ਦਾ ਆਨਸਰ ਆਏਗਾ 4 ਜੋ ਕਿ ਪਹਿਲੀ ਹੀ ਆਪਸ਼ਨ ਦੇ ਵਿੱਚ ਤਾਂ ਪਹਿਲੀ ਆਪਸ਼ਨ ਇਸ ਦੇ ਲਈ கரੈਕਟ ਆਪਸ਼ਨ ਹੈ ਹਾਂਜੀ ਅੱਗੇ ਆ ਰਿਹਾ ਹੈ 90th ਕੁਐਸਚਨ ਜਿਦੇ ਵਿੱਚ ਪੁੱਛਿਆ ਕਿ 1 ਤੋਂ 1000 ਤੱਕ ਕੁੱਲ ਕਿੰਨੀਆਂ ਸੰਖਿਆਵਾਂ ਹਨ ਜਿਹੜੀਆਂ ਕਿ ਪੂਰਨ ਘਣ ਹਨ ਹਾਂਜੀ 1 ਤੋਂ 1000 ਤੱਕ ਹਾਂਜੀ ਆਪਾਂ ਨੂੰ ਪਤਾ ਹੈ 1 ਬਣਦਾ ਹੈ 1 ਦੇ ਘਣ ਤੋਂ ਤੇ 1000 ਜਿਹੜਾ ਹੈ ਉਹ ਬਣਦਾ ਹੈ 10 ਦੇ ਘਣ ਤੋਂ ਇਹਦਾ ਮਤਲਬ 1 ਤੋਂ ਲੈ ਕੇ 1000 ਤੱਕ ਆਪਣੇ ਕੋਲ 10 ਪੂਰਨ ਘਣ ਸੰਖਿਆਵਾਂ ਹਨ ਸੋ ਇਸ ਦਾ ਆਨਸਰ ਆਉਣਾ ਚਾਹੀਦਾ ਆਪਣੇ ਕੋਲ ਸੈਕਿੰਡ অপਸ਼ਨ 10 ਹਾਂ ਜੇਕਰ ਪੁੱਛਿਆ ਹੁੰਦਾ ਕਿ 1 ਤੋਂ 1000 ਦੇ ਵਿੱਚ ਵਿੱਚ ਕਿੰਨੀਆਂ ਨੇ ਵਿਚਕਾਰ ਕੁੱਲ ਕਿੰਨੀਆਂ ਪੂਰਨ ਘਣ ਸੰਖਿਆਵਾਂ ਨੇ ਫਿਰ ਆਨਸਰ ਆਪਣੇ ਕੋਲ 2 ਘਟਾ ਕੇ 8 ਆਣਾ ਸੀ ਜੋ ਕਿ 2013 ਦੇ ਪੇਪਰ ਦੇ ਵਿੱਚ ਵੀ ਆਇਆ ਹੋਇਆ ਸੀ ਅੱਗੇ ਹੈ 91st ਕੁਐਸਚਨ ਤਿੰਨ ਦੇ ਪਹਿਲੇ 5 ਗੁਣਜਾਂ ਦਾ ਮੱਧਮਾਨ ਪਹਿਲੇ 5 ਗੁਣਜ ਜਾਨੀ ਕਿ ਮਲਟੀਪਲਸ ਸੋ ਉਹ ਹੋਣਗੇ ਤਿੰਨ 6 9 12 15 ਇਹਨਾਂ ਦਾ ਮੱਧਮਾਨ ਯਾਨੀ ਕਿ ਮੀਨ ਪਤਾ ਕਰਨਾ ਹੈ ਤੇ ਮੀਨ ਦਾ ਫਾਰਮੂਲਾ ਹੁੰਦਾ ਹੈ ਅੰਕੜਿਆਂ ਦਾ ਜੋੜ बटे ਅੰਕੜਿਆਂ ਦੀ ਸੰਖਿਆ ਯਾਨੀ ਕਿ ਸਮ ਆਫ ਆਬਜ਼ਰਵੇਸ਼ਨਸ ਓਵਰ ਨੰਬਰ ਆਫ ਆਬਜ਼ਰਵੇਸ਼ਨ ਯਾਨੀ ਇਹਨਾਂ ਦਾ ਚਾਹੀਦਾ ਆਪਾਂ ਨੂੰ ਟੋਟਲ ਜੋ ਕਿ ਹੋਏਗਾ ਆਪਣੇ ਕੋਲ 45 ਤੇ ਆਬਜ਼ਰਵੇਸ਼ਨਸ ਨੇ ਕਿੰਨੀਆਂ 1 2 3 4 5 ਸੋ 45 5 ਕਟਿੰਗ ਕਰਕੇ ਆਏਗਾ 9 ਸੋ ਸੈਕਿੰਡ ਆਪਸ਼ਨ ਇਜ਼ਲੀ கரੈਕਟ ਆਪਸ਼ਨ ਹੈ ਹਾਂਜੀ ਅਗੇ 92 ਸੈਕਿੰਡ ਕੁਐਸਚਨ ਹੈ ਕਿ x³ y³ ਕਿਹਦੇ ਬਰਾਬਰ ਹੋਏਗਾ ਇਹਨਾਂ ਦੇ ਵਿੱਚੋਂ ਹਾਂਜੀ ਆਪਣੇ ਕੋਲ ਫਾਰਮੂਲਾ ਹੁੰਦਾ ਹੈ x plus y ਦਾ 큐ਬ ਜੋ ਕਿ ਹੁੰਦਾ ਹੈ x³ y³ 3xy ਉਹਦੇ ਨਾਲ ਬ੍ਰੈਕਟ ਚ x plus y ਹੁਣ ਇਹਦੇ ਵਿੱਚੋਂ x³ y³ ਦੀ ਵੈਲਿਊ ਕੱਢਣੀ ਹੈ ਤਾਂ ਆਹ ਚੀਜ਼ ਹੈ ਜਿਹੜੀ ਇਹਨੂੰ ਆਪਾਂ ਉਧਰ ਭੇਜ ਦਾਂਗੇ ਤਾਂ ਆਪਣੇ ਕੋਲ ਆ ਜਾਏਗਾ x plus y ਸਾਰੇ ਦੀ ਪਾਵਰ 3 3xy ਉਹਦੇ ਨਾਲ ਬ੍ਰੈਕਟ ਚ x plus y ਤੇ ਸਾਹਮਣੇ ਆ ਜਾਏਗਾ x³ y³ ਸੋ x^3 y^3 ਦਾ ਫਾਰਮੂਲਾ ਬਣ ਗਿਆ ਆਪਣੇ ਕੋਲ ਇਥੋਂ x y ਸਾਰੇ ਦੇ ਤਿੰਨ 3xy(x y) ਯਾਨੀ ਕਿ ਪਹਿਲੀ ਆਪਸ਼ਨ इजीली கரੈਕਟ ਆਪਸ਼ਨ ਹੈ ਹਾਂਜੀ ਜੇਕਰ ਇਸੇ ਕੁਐਸਚਨ ਦੇ ਵਿੱਚ ਮਾਈਨਸ ਆ ਜਾਵੇ ਆਪਣੇ ਕੋਲ x^3 y^3 ਦੀ ਵੈਲਿਊ ਪਤਾ ਕਰਨੀ ਹੋਵੇ ਤਾਂ ਉਹਦੇ ਲਈ ਕੀ ਬਣੇਗਾ ਆਪਣੇ ਕੋਲ ਆਨਸਰ ਉਹ ਵੀ ਕਰਕੇ ਦੇਖ ਲੈਂਦੇ ਆ ਹਾਂਜੀ x y ਦਾ ਸਾਰੇ ਦੇ ਕਯੂਬ ਦਾ ਫਿਰ ਫਾਰਮੂਲਾ ਲਗਾਵਾਂਗੇ ਜੋ ਕਿ ਹੁੰਦਾ x^3 y^3 -3xy ਉਹਦੇ ਨਾਲ ਬ੍ਰੈਕਟ ਚ x y ਹੁਣ ਇਹਦੇ ਵਿੱਚੋਂ ਇਹਦੀ ਵੈਲਿਊ ਕੱਢਣੀ ਹੋਵੇ ਤਾਂ ਇਹ ਜਾਏਗਾ ਉਧਰ ਆਪਣੇ ਕੋਲ ਤੋਂ ਬਣੇਗਾ x y 3 ਆ -3xy ਇੱਧਰ ਆ ਕੇ ਹੋ ਜਾਣਗੇ +3xy ਬ੍ਰੈਕਟ ਵਾਲਾ ਹੋਵੇਂ ਹੀ ਰਹੇਗਾ ਪੋਰਸ਼ਨ ਤੇ ਸਾਹਮਣੇ x 3 y 3 ਸੋ x 3 y 3 ਦੇ ਲਈ ਕੁਐਸਚਨ ਆ ਜਵੇ ਤਾਂ ਇਹ ਤੁਹਾਡਾ ਆਨਸਰ ਬਣਨਾ ਚਾਹੀਦਾ ਹੈ ਹਾਂਜੀ 93ਰਥ ਕੁਐਸਚਨ ਦੇਖਦੇ ਆਂ 3 ਦੀ ਪਾਵਰ 0 2 ਦੀ ਪਾਵਰ 0 5 ਦੀ ਪਾਵਰ 0 ਕਿਹਦੇ ਬਰਾਬਰ ਹੁੰਦਾ ਹੈ ਹਾਂਜੀ ਆਪਾਂ ਨੂੰ ਪਤਾ ਹੈ ਕਿਸੇ ਦੇ ਵੀ ਘਾਤ 0 ਹੁੰਦਾ ਹੈ 1 ਸੋ ਅੰਦਰ ਆ ਜਾਏਗਾ 1 1 ਤੇ ਬਾਹਰ 5 ਦੀ ਪਾਵਰ 0 ਉਹਦੀ ਜਗ੍ਹਾ 1 1 ਤੇ 1 ਹੋ ਗਿਆ 2 2 ਬਾਹਰ ਹੈ 1 2 1 ਕਮ 2 ਬਣੇਗਾ ਇਸ ਦਾ ਆਨਸਰ ਜੋ ਕਿ ਪਿਆ ਹੈ ਪਹਿਲੀ ਹੀ ਆਪਸ਼ਨ ਦੇ ਵਿੱਚ ਹਾਂਜੀ ਅੱਗੇ ਹੈ 94ਥ ਕੁਐਸਚਨ ਕਿ ਸੰਪੂਜਿਤ੍ਰਿਭੁਜ ਦੀ ਜਿਹੜੀ ਸਮਮਿਤਰੀਖਾਵਾਂ ਦੀ ਗਿਣਤੀ ਉਹ ਕਿੰਨੀ ਹੁੰਦੀ ਹੈ ਸੰਪੂਜਿਤ੍ਰਿਭੁਜ ਯਾਨੀ ਕਿ equilateral triangle ਤੇ ਸਮਮਿਤੀ ਰੇਖਾਵਾਂ ਪੁੱਛੀਆਂ ਹੋਈਆਂ ਨੇ ਇਹਦੀਆਂ ਲਾਈਨਸ ਆਫ ਸਿਮੇਟਰੀ ਹਾਂਜੀ ਸੰਭੂਜ ਤ੍ਰਿਭੁਜ ਆਪਣੇ ਕੋਲ ਇਸ ਤਰ੍ਹਾਂ ਦੀ ਜਿਹੜੀ ਹੁੰਦੀ ਹੈ ਸਾਰੀਆਂ ਸਾਈਡਸ ਉਹਦੀਆਂ ਇਕੁਅਲ ਹੁੰਦੀਆਂ ਨੇ ਤੇ ਉਹਦੇ ਲਈ ਸਮਮਿਤੀ ਰੇਖਾਵਾਂ ਹੁੰਦੀਆਂ ਨੇ ਤਿੰਨ ਇਹਦੇ ਵਿੱਚੋਂ ਨਿਕਲਦੀ ਹੈ ਇੱਕ ਇੱਕ ਇਧਰੋਂ ਆਉਂਦੀ ਹੈ ਆਪਣੇ ਕੋਲੇ ਦੀ ਸਮਮਿਤੀ ਰੇਖਾ ਤੇ ਇੱਕ ਇਧਰੋਂ ਜਾਂਦੀ ਹੁੰਦੀ ਹੈ ਇਸ ਦੀ ਸਮਮਿਤੀ ਰੇਖਾ ਸੋ ਇਹਦੀਆਂ ਹੁੰਦੀਆਂ ਨੇ ਤਿੰਨ ਸੋ ਇਸ ਦਾ ਆਨਸਰ ਬਣੇਗਾ 3 ਜੇਕਰ ਆਜਵੇ ਆਪਣੇ ਕੋਲ ਆਈਸੋਸਸਲਸ ਟ੍ਰਾਇੰਗਲ ਯਾਨੀ ਕਿ ਸਮਦੋਪੂਜਿਤ੍ਰਭੁਜ ਉਹਦੇ ਲਈ ਜਿਹੜੀਆਂ ਸਮਮਿਤਰੀ ਰੇਖਾਵਾਂ ਹੁੰਦੀਆਂ ਨੇ ਉਹ ਹੁੰਦੀਆਂ ਨੇ 1 ਤੇ ਜੇਕਰ ਆਜਵੇ ਸਕੇਲਨ ਟ੍ਰਾਇੰਗਲ ਯਾਨੀ ਕਿ ਵਿਖੰਪੂਜਿਤ੍ਰਭੁਜ ਉਹਦੇ ਲਈ ਜਿਹੜੀਆਂ ਸਮਮਿਤਰੀ ਰੇਖਾਵਾਂ ਹੁੰਦੀਆਂ ਨੇ ਉਹ ਹੁੰਦੀਆਂ 0 ਸਰਕਲ ਦੇ ਲਈ ਇਹ ਹੁੰਦੀਆਂ ਨੇ ਆਪਣੇ ਕੋਲ ਇਨਫਾਈਨਾਈਟ ਯਾਨੀ ਕਿ ਅਣਗਿਣਤ ਤੇ ਸਕੁਅਰ ਯਾਨੀ ਕਿ ਵਰਗ ਦੇ ਲਈ ਹੁੰਦੀਆਂ ਨੇ ਇਹ 4 ਤੇ ਉਸ ਤੋਂ ਬਾਅਦ ਰੈਕਟੈਂਗਲ ਦੀ ਗੱਲ ਕਰੀਏ ਤਾਂ ਉਹਦੇ ਲਈ ਹੁੰਦੀਆਂ ਨੇ ਇਹ ਦੋ ਰੈਕਟੈਂਗਲ ਯਾਨੀ ਕਿ ਆਇਤ ਦੇ ਲਈ ਫਿਰ ਪੈਰਲਲੋਗ੍ਰਾਮ ਯਾਨੀ ਕਿ ਸਮਾਂਤਰ ਚਤੁਰਭੁਜ ਦੀ ਗੱਲ ਕਰੀਏ ਤਾਂ ਉਹਦੇ ਲਈ ਹੁੰਦੀਆਂ ਨੇ ਇਹ 0 ਤੇ ਜੇਕਰ ਆਪਾਂ ਰੋਮਬਸ ਦੀ ਗੱਲ ਕਰੀਏ ਰੋਮਬਸ ਯਾਨੀ ਕਿ ਸਮ ਚਤੁਰਭੁਜ ਉਹਦੇ ਲਈ ਇਹ ਹੁੰਦੀਆਂ ਨੇ ਦੋ ਜੋ ਕਿ ਉਸਦੇ ਵਿਕਰਣਾਂ ਦੇ ਵਿੱਚੋਂ ਨਿਕਲਦੀਆਂ ਹੁੰਦੀਆਂ ਨੇ ਇਸ ਤਰ੍ਹਾਂ ਇੱਕ ਤੇ ਇਦਰਾ ਹੁੰਦੀ ਹੈ ਆਪਣੇ ਕੋਲ ਦੋ ਸੋ ਇਹ ਤੁਸੀਂ ਸਾਰਿਆਂ ਦੇ ਲਈ ਯਾਦ ਰੱਖਣੀਆਂ ਨੇ ਕਿ ਕਿੰਨੀਆਂ-ਕਿੰਨੀਆਂ ਹੁੰਦੀਆਂ ਨੇ ਸम्मिति ਰਿਖਾਵਾਂ ਹਾਂਜੀ ਅੱਗੇ ਆਨੇ ਆਪਾਂ 95th ਕੁਐਸਚਨ ਤੇ ਕਿ ਇੱਕ ਘਣਾਬ ਦੀ ਉਚਾਈ ਪਤਾ ਕਰਨੀ ਹੈ ਜਿਸ ਦਾ ਆਇਤਨ ਆਪਾਂ ਨੂੰ ਦਿੱਤਾ ਗਿਆ 275 ਸੈਂਟੀਮੀਟਰ ਦੇ ਤਿੰਨ ਹਾਂਜੀ ਜਿਹੜਾ ਘਣਾਬ ਹੁੰਦਾ ਹੈ ਯਾਨੀ ਕਿ ਕਿਊਬੋਇਡ ਉਹਦਾ ਵੋਲੀਅਮ ਹੁੰਦਾ ਹੈ l into b into h ਤੇ ਉਹਦੀ ਵੈਲਿਊ ਹੈ 275 ਤੇ ਨਾਲ ਹੀ ਆਧਾਰ ਦਾ ਖੇਤਰਫਲ 25 ਦਿੱਤਾ ਆਪਾਂ ਨੂੰ ਆਧਾਰ ਹੁੰਦਾ ਜਿਹੜਾ ਉਹ ਹੁੰਦਾ l b ਤੇ ਉਹਦੀ ਵੈਲਿਊ ਹੈ ਆਪਣੇ ਕੋਲ 25 h ਤੇ ਦੂਜੇ ਪਾਸੇ 275 ਆਹ 25 ਦੇ ਨਾਲ 275 ਨੂੰ ਕਰਾਂਗੇ ਡਿਵਾਈਡ ਸੋ ਪਹਿਲਾਂ 25 ਇਹ ਕੰਮ 25 ਫਿਰ 25 25 ਇਹ ਕੰਮ 25 11 ਆਏਗਾ ਇਸ ਦਾ ਆਨਸਰ ਸੋ ਚੌਥੀ ਆਪਸ਼ਨ ਇਸ ਲਈ ਕਰੈਕਟ ਆਪਸ਼ਨ ਹੈ ਹਾਂਜੀ ਅੱਗੇ ਆੰਦਿਆਂ 96th ਕੁਐਸਚਨ ਤੇ ਇੱਕ ਦੌੜਾਕ ਹੈ ਜੋ ਉਹ 200 ਮੀਟਰ ਦੀ ਦੌੜ 24 ਸੈਕਿੰਡ ਵਿੱਚ ਪੂਰੀ ਕਰਦਾ ਹੈ ਤਾਂ ਉਸ ਦੀ ਗਤੀ ਯਾਨੀ ਕਿ ਚਾਲ ਪਤਾ ਕਰਨੀ ਹੈ ਆਪਾਂ ਤੇ ਗਤੀ ਦਾ ਫਾਰਮੂਲਾ ਹੁੰਦਾ ਹੈ ਯਾਨੀ ਕਿ ਸਪੀਡ ਬਰਾਬਰ ਦੂਰੀ बटे ਸਮਾਂ ਯਾਨੀ ਕਿ ਡਿਸਟੈਂਸ ਓਵਰ ਟਾਈਮ ਤੇ ਦੂਰੀ ਹੈ 200 ਮੀਟਰ ਤੇ ਸਮਾਂ ਹੈ 24 ਸੈਕਿੰਡ ਹਾਂਜੀ ਹੁਣ ਆਪਾਂ ਦੇਖ ਸਕਦੇ ਹਾਂ ਕਿ ਸਾਰੀਆਂ ਆਪਸ਼ਨ ਦੇ ਵਿੱਚ ਕਿਲੋਮੀਟਰ ਪ੍ਰਤੀ ਘੰਟਾ ਦੇ ਵਿੱਚ ਹੈ ਆਂਸਰ ਆਪਣੇ ਕੋਲ ਆ ਰਿਹਾ ਮੀਟਰ ਪ੍ਰਤੀ ਸੈਕਿੰਡ ਸੋ ਇਹਨੂੰ ਕਿਲੋਮੀਟਰ ਪ੍ਰਤੀ ਘੰਟੇ ਚ ਬਦਲਾਂਗੇ 200/24 ਹਾਂਜੀ ਇਹਨੂੰ ਗੁਣਾ ਕਰਾਂਗੇ ਦੇਖੋ 200 ਹੈ ਮੀਟਰ ਕਿਲੋਮੀਟਰ ਚ ਮੀਟਰ ਹੁੰਦੇ ਨੇ 1000 1000 ਲਵਾਂਗੇ ਆਪਾਂ ੇਠਾਂ ਤੇ ਇਹਨੂੰ ਬਦਲਣਾ ਹੈ ਸੈਕਿੰਡ ਤੋਂ ਆਪਾਂ ਘੰਟਿਆਂ ਦੇ ਵਿੱਚ ਤੇ 1 ਘੰਟੇ 3600 ਸੈਕਿੰਡ ਹੁੰਦੇ ਨੇ ਸੋ ਇਹਦੇ ਲਈ ਜਿਹੜਾ 3600 ਆਏਗਾ ਉਹ ਆਏਗਾ ਉੱਪਰ ਹਾਂਜੀ ਫਿਰ ਇਹਨੂੰ ਆਪਾਂ ਕਰਦੇ ਹਾਂ 100 ਆਹ ਜ਼ੀਰੋ ਦੋ ਕੈਨਸਲ ਹੋ ਗਈਆਂ ਇੱਥੇ ਆਹ ਇੱਕ ਜ਼ੀਰੋ ਕੈਨਸਲ ਹੋ ਜਾਏਗੀ ਇੱਧਰ ਹੁਣ ਆਪਣੇ ਕੋਲ ਆ ਗਿਆ ਇੱਥੇ 20 20 ਦੀ ਕਟਿੰਗ ਕਰਦੇ ਆਪਾਂ 4 ਦੇ ਪਹਾੜੇ ਚ 5 ਆ ਗਿਆ 4 ਦੇ ਪਹਾੜੇ ਚ 24 ਆ ਗਿਆ 6 ਤੇ 6 ਦੇ ਟੇਬਲ ਦੇ ਵਿੱਚ 36 ਆ ਗਿਆ 6 ਤੇ ਸੋ 5 6 ਕਾ ਹੋ ਗਿਆ ਆਪਣੇ ਕੋਲ 30 ਸੋ 30 ਹੁਣ ਇਹ ਬਦਲ ਚੁੱਕਾ ਸੀ ਆਪਣੇ ਕੋਲ ਕਿਲੋਮੀਟਰ ਪ੍ਰਤੀ ਘੰਟਾ ਦੇ ਵਿੱਚ ਸੋ ਇੰਨੇ ਕਿਲੋਮੀਟਰ ਪ੍ਰਤੀ ਘੰਟਾ ਆਪਣਾ ਜਿਹੜੀ ਹੈ ਗਤੀ ਉਹ ਆ ਜੇਗੀ ਦੌੜਾਕ ਦੀ ਸੋ ਚੌਥੀ ਆਪਸ਼ਨ ਇਸ ਲਈ ਕਰੈਕਟ ਆਪਸ਼ਨ ਹੈ ਹਾਂਜੀ ਸੋ ਤੁਸੀਂ ਯਾਦ ਰੱਖਣਾ ਹੈ ਕਿਸ ਤਰ੍ਹਾਂ ਤੁਸੀਂ ਮੀਟਰ ਤੋਂ ਮੀਟਰ ਪ੍ਰਤੀ ਸੈਕਿੰਡ ਤੋਂ ਕਿਲੋਮੀਟਰ ਪ੍ਰਤੀ ਘੰਟਾ ਦੇ ਵਿੱਚ ਇਹਨੂੰ ਬਦਲਣਾ ਹੈ ਹਾਂਜੀ ਅਗਲੇ ਤੇ ਆੰਦੇ ਆ ਇਹਨਾਂ ਵਿੱਚੋਂ ਕਿਹੜੀ ਸੰਖਿਆ 4 ਨਾਲ ਭਾਜਯੋਗ ਹੈ ਹਾਂਜੀ ਇਹਦੇ ਲਈ ਭਾਜਯਕਤਾ ਦੇ ਨਿਯਮ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ 4 ਦੇ ਲਈ ਭਾਜਯਕਤਾ ਦਾ ਨਿਯਮ ਹੁੰਦਾ ਹੈ ਕਿ ਆਖਰੀ ਦੋ ਅੰਕਾਂ ਤੋਂ ਬਣੀ ਸੰਖਿਆ ਜੇਕਰ 4 ਤੇ ਵੰਡ ਹੋਵੇ ਤਾਂ ਪੂਰੀ ਦੀ ਪੂਰੀ ਸੰਖਿਆ ਵੀ 4 ਤੇ ਵੰਡ ਹੁੰਦੀ ਹੈ ਹੁਣ ਆਪਾਂ ਆਖਰੀ ਦੋ ਅੰਕਾਂ ਤੋਂ ਬਣੀ ਸੰਖਿਆ ਦੇਖਦੇ ਹਾਂ ਹਰ ਕੇਸ 'ਚ 26 26 ਦਾ 4 ਤੇ ਨਹੀਂ ਵੰਡ ਹੁੰਦਾ ਸੋ ਇਹ ਨਹੀਂ ਚਾਹੇਗੀ ਅੱਗੇ 13 ਵੀ ਨਹੀਂ 4 ਤੇ ਵੰਡ ਹੁੰਦਾ ਸੋ ਇਹ ਵੀ ਨਹੀਂ 4 ਤੇ ਵੰਡ ਹੋ ਸਕਦੀ 94 ਵੀ ਨਹੀਂ 4 ਤੇ ਵੰਡ ਹੁੰਦਾ 72 ਹੈ ਜਿਹੜਾ ਉਹ 4 ਤੇ ਵੰਡ ਹੁੰਦਾ 18 4 72 ਸੋ ਇਹ 4 ਤੇ ਵੰਡ ਹੋਏਗੀ ਅੱਗੇ 98th ਕੁਐਸਚਨ ਤੇ ਆਨੇ ਆ ਚਾਰ ਅੱਖਰਾਂ ਵਾਲੀ ਵੱਡੇ ਤੋਂ ਵੱਡੀ ਸੰਖਿਆ ਜਿਹੜੀ ਪੂਰਨ ਵਰਗ ਹੋਵੇਗੀ ਹਾਂਜੀ ਚਾਰ ਅੰਕਾਂ ਦੀ ਵੱਡੇ ਤੋਂ ਵੱਡੀ ਸੰਖਿਆ ਆਪਣੇ ਕੋਲ ਹੁੰਦੀ ਹੈ 9990 ਹਾਂਜੀ ਹੁਣ ਇਹ ਪੂਰਨ ਵਰਗ ਹੈ ਨਹੀਂ ਇਹਨੂੰ ਪੂਰਨ ਵਰਗ ਬਣਾਣਾ ਹੈ ਆਪਾਂ ਸੋ ਦੇਖਦੇ ਹਾਂ ਇਹ ਪੂਰਨ ਵਰਗ ਹੋਣ ਤੋਂ ਕਿੰਨੀ ਵੱਧ ਹੈ ਇਸ ਦਾ ਵਰਗਮੂਲ ਲੈਣਾ ਸ਼ੁਰੂ ਕਰਦੇ ਹਾਂ ਪੇਅਰ ਬਣਾ ਕੇ ਹਾਂਜੀ 99 ਦੇ ਹੇਠਾਂ ਆਏਗਾ ਆਪਣੇ ਕੋਲ 9 ਦੀ 9 ਦੇ ਨਾਲ ਗੁਣਾ 81 ਘਟਾ ਕੇ ਆ ਗਿਆ ਆਪਣੇ ਕੋਲ 9 ਚੋਂ ਇੱਕ ਕੱਢੇ ਇੱਧਰ ਆ ਗਿਆ ਆਪਣੇ ਕੋਲ 8 ਤੇ ਇੱਧਰੋਂ ਆ ਗਿਆ ਇੱਕ ਆ ਗਿਆ ਆਪਣੇ ਕੋਲ ਉੱਪਰੋਂ ਦੀ 99 ਹੇਠਾਂ ਆ ਨੌ ਦਾ ਹੋ ਜਾਏਗਾ ਦੁੱਗਣਾ ਇੱਥੇ ਹਾਂਜੀ ਇਸ ਤੋਂ ਬਾਅਦ ਦੇਖਦੇ ਹਾਂ ਕਿ ਇਹਦੇ ਪਿੱਛੇ ਕਿਹੜਾ ਅੰਕ ਲਗਾਈਏ ਕਿ ਪੂਰੀ ਸੰਖਿਆ ਨੂੰ ਉਸੇ ਅੰਕ ਨਾਲ ਗੁਣਾ ਕਰੀਏ ਤੇ ਆਪਾਂ ਇਹਦੇ ਨੇੜੇ ਪਹੁੰਚ ਜਾਈਏ ਸੋ 9 ਲਗਾ ਕੇ ਦੇਖਦੇ ਹਾਂ 199 ਨੂੰ 9 ਤੇ ਕਰੀਏ ਗੁਣਾ 9 9 81 18 89 72 ਤੇ 8 80 89 19 ਤੇ 8 17 ਸੋ ਇਹ ਇੱਥਾਂ 1700 ਇੱਕ ਆ ਜਗਾ ਆਪਣਾ ਗਿਆ ਇਹ 9 ਤੇ ਫਿਰ ਘਟਾਈਏ ਤਾਂ ਆਪਣੇ ਕੋਲ ਆ ਜਾਏਗਾ 9 ਚੋਂ 1 ਘਟਾ ਕੇ 8 9 ਚੋਂ 0 ਘਟਾ ਕੇ 9 ਇੱਥੇ 8 ਚੋਂ 7 ਘਟਾ ਕੇ 1 ਯਾਨੀ ਆਹਾ ਫालतू ਐ ਸੋ 9999 ਜਿਹੜਾ ਉਹਨੂੰ ਪੂਰਕ ਵਰਗ ਪੂਰਨ ਵਰਗ ਬਣਾਉਣ ਦੇ ਲਈ ਉਹ ਚੋਂ 198 ਘਟਾਉਣਾ ਪਵੇਗਾ 9 ਚੋਂ 8 ਘਟਾ ਕੇ 1 9 ਚੋਂ 9 ਘਟਾ ਕੇ 0 9 ਚੋਂ 1 ਘਟਾ ਕੇ 8 ਤੇ 9801 ਬਣ ਗਈ ਆਪਣੀ ਸੰਖਿਆ ਸੋ ਦੂਜੀ অপਸ਼ਨ ਇਸ ਦੇ ਲਈ ਕਰੈਕਟ অপਸ਼ਨ ਹੈ ਹਾਂਜੀ ਆ ਤਾਂ ਐਵੇਂ ਕਰਕੇ ਦੇਖ ਸਕਦੇ ਆ ਤੁਸੀਂ ਜਾਂ ਫਿਰ ਤੁਸੀਂ ਦੇਖ ਸਕਦੇ ਹੋ ਕਿ ਕਿਸਦੇ ਆਪਣੇ ਕੋਲ ਜਿਹੜੇ ਨੇ ਅਪਾਹਜ ਗੁਣਖੰਡਾਂ ਦੇ ਜੋੜੇ ਨੇ ਉਹ ਪੂਰੇ ਪੂਰੇ ਬਣਦੇ ਪਏ ਨੇ ਉੱਥੋਂ ਵੀ ਤੁਸੀਂ ਇਹਦਾ ਆਨਸਰ ਕੱਢ ਸਕਦੇ ਹੋ ਸੋ ਜਿਹੜਾ ਮਰਜੀ ਮੈਥਡ ਤੁਸੀਂ ਇਹਦੇ ਲਈ ਯੂਜ਼ ਕਰ ਲੈਣਾ ਹਾਂਜੀ ਅਗਲਾ ਕੁਐਸਚਨ ਹੈ ਕਿ ਇੱਕ ਪਰਿਮੇਯ ਸੰਖਿਆ ਯਾਨੀ ਕਿ ਰੈਸ਼ੀਨਲ ਨੰਬਰ ਦੇ ਅੰਸ਼ ਨੂੰ ਯਾਨੀ ਕਿ ਨਿਊਮਰੇਟਰ ਨੂੰ 4 ਵਧਾਇਆ ਜਾਂਦਾ ਹੈ ਤਾਂ ਸੰਖਿਆ 2/3 ਵੱਧ ਜਾਂਦੀ ਹੈ ਉਸਦਾ ਹਰ ਯਾਨੀ ਕਿ ਡੈਨੋਮੀਨੇਟਰ ਆਪਾਂ ਪਤਾ ਕਰਨਾ ਹੈ ਪਹਿਲਾਂ ਤਾਂ ਸੰਖਿਆ ਜਿਹੜੀ ਉਸ ਦਾ ਅੰਸ਼ ਤੇ ਹਰ x ਤੇ y ਲੈ ਲਾਂਗੇ ਯਾਨੀ ਨਿਊਮਰੇਟਰ ਤੇ ਡਿਨੋਮੀਨੇਟਰ ਤਾਂ ਸੰਖਿਆ ਬਣ ਜਾਏਗੀ x ਓਵਰ y ਫਿਰ ਜੋ ਕੰਡੀਸ਼ਨ ਹੈ ਉਹ ਲਗਾ ਕੇ ਦੇਖਦੇ ਹਾਂ ਹਾਂਜੀ ਨਿਊਮਰੇਟਰ ਨੂੰ 4 ਵਧਾਇਆ ਜਾਂਦਾ ਅੰਸ਼ ਨੂੰ ਥੱਲੇ ਹਰ ਉਹੀ ਰਹੇਗਾ ਤਾਂ ਸੰਖਿਆ ਜਿਹੜੀ x ਵਟੇ y ਉਹ ਵੱਧ ਜਾਂਦੀ ਹੈ 2 ਵਟੇ 3 ਦੇ ਨਾਲ ਹਾਂਜੀ ਇਹਨੂੰ ਇੱਧਰ ਲੈ ਕੇ ਆਨੇ ਆ ਆਪਣੇ ਕੋਲ ਆ ਜਾਏਗਾ x 4 ਵਟੇ y x ਓਵਰ y 2 ਓਵਰ 3 ਇਦਰ ਐਲਸੀਐਮ ਹੋ ਜਾਏਗਾ ਤਾਂ ਉੱਪਰ ਵਾਲੇ ਐਜ਼ ਇਟ ਇਜ਼ ਆ ਜਾਣਗੇ x+4-x/y 2/3 x ਨਾਲ x ਕੱਟਿਆ ਜਾਏਗਾ ਤਾਂ ਆਪਣੇ ਕੋਲ ਆ ਗਿਆ ਇਸ ਤੋਂ ਬਾਅਦ 4/y 2/3 ਆਰ ਪਰ ਗੁਣਾ ਕਰ ਸਕਦੇ ਹਾਂ ਸੋ 2y ਆ ਜਾਏਗਾ 4*3=12 ਫੇਰ ਆਹਾ 2, 3, x x y, 2 3, 12 ਦੀ ਜਾ ਕੇ ਕਰੇਗਾ ਕਟਿੰਗ ਚਾਹੇ ਡਿਵਾਈਡ ਚਲ ਜਾ ਕੇ ਕਰ ਲੋ ਚਾਹੇ ਸਿੱਧੀ ਕਰ ਲੋ 6 ਤਾਂ y ਦੀ ਵੈਲਿਊ ਆ ਗਈ 6 ਯਾਨੀ ਕਿ ਹਰ ਆ ਗਿਆ ਆਪਣੇ ਕੋਲ ਡਿਨੋਮੀਨੇਟਰ 6 ਸੋ ਚੌਥੀ ਆਪਸ਼ਨ ਇਸ ਲਈ ਕਰੈਕਟ ਆਪਸ਼ਨ ਹੈ ਅੱਗੇ ਆਨੇ ਆ 100th ਤੇ ਕਹਿੰਦਾ ਇਹਦੇ ਵਿੱਚ y² ਦਾ ਜਿਹੜਾ ਗੁਣਾਕ ਹੈ ਉਹ ਆਪਾਂ ਪਤਾ ਕਰਨਾ ਆਪਣੇ ਕੋਲ ਹੈ 2x 3y ਉਹਦਾ ਸਕੁਅਰ ਸੋ ਇਹਦੇ ਉੱਤੇ ਫਾਰਮੂਲਾ ਲੱਗੇਗਾ a b ਦੇ ਸਕੁਅਰ ਦਾ ਜੋ ਕਿ ਹੁੰਦਾ ਹੈ a² 2ab b² ਉਹਦੇ ਅਕੋਰਡਿੰਗ ਆਏਗਾ ਆਪਣੇ ਕੋਲ 2x ਦਾ ਸਕੁਅਰ 2 ਪਹਿਲੀ ਟਰਮ 2x ਦੂਜੀ ਟਰਮ 3y ਪਿੱਛੇ 3y ਦਾ ਸਕੁਅਰ ਹਾਂਜੀ ਇੱਥੋਂ ਮਿਲਿਆ 4x2+2*2=4*3=12xy+9y2 ਹੁਣ ਉਹਨੇ y2 ਦਾ ਗੁਣਾਕ ਪੁੱਛਿਆ ਤਾਂ y2 ਦੇ ਨਾਲ ਕੀ ਪਿਆ ਆਪਣੇ ਕੋਲ 9 ਤਾਂ 9 ਬਣੇਗਾ ਇਸ ਦਾ ਆਨਸਰ ਸੋ ਤੀਜੀ অপਸ਼ਨ ਇਸ ਦੀ ਕਰੈਕਟ অপਸ਼ਨ ਹੈ ਜੇ x2 ਦਾ ਗੁਣਾਕ ਪੁੱਛਿਆ ਹੁੰਦਾ ਤਾਂ ਚ ਆ ਜਾਣਾ ਸੀ 4 ਜੇਕਰ x ਦਾ ਗੁਣਾਕ ਪੁੱਛਿਆ ਹੁੰਦਾ ਤਾਂ x ਨੂੰ ਛੱਡ ਕੇ ਇਹਦੇ ਵਿੱਚੋਂ 12y ਆਨਸਰ ਆ ਜਾਣਾ ਸੀ ਜੇ y ਦਾ ਗੁਣਾਕ ਪੁੱਛਿਆ ਹੁੰਦਾ ਤਾਂ 12x ਦਾ ਆਨਸਰ ਬਣ ਜਾਣਾ ਸੀ ਹਾਂਜੀ ਅੱਗੇ ਆਨਿਆ 101 ਨੰਬਰ ਕੁਐਸਚਨ ਤੇ ਕਹਿੰਦਾ ਪਹਿਲੀਆਂ 8 ਅਪਾ ਅਜ ਸੰਖਿਆਵਾਂ ਦੀ ਵਿਚਲਨ ਸੀਮਾ ਯਾਨੀ ਕਿ ਰੇਂਜ ਆਪਾਂ ਪਤਾ ਕਰਨੀ ਹੈ ਓਕੇ ਸਭ ਤੋਂ ਵੱਡਾ ਅੰਕੜਾ ਮਾਈਨਸ ਸਭ ਤੋਂ ਛੋਟਾ ਅੰਕੜਾ ਹੁੰਦਾ ਇਸ ਦਾ ਫਾਰਮੂਲਾ ਹੈ ਸੋ ਪਹਿਲੀਆਂ 8 ਅਪਾ ਅਜ ਸੰਖਿਆਵਾਂ ਲਿਖਦੇ ਆਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ 2 3 5 7 11 13 17 1 2 3 4 5 6 7 ਤੇ 19 ਹੁਣ ਸਭ ਤੋਂ ਵੱਡੀ 19 ਉਹਦੇ ਵਿੱਚੋਂ ਸਬਟ੍ਰੈਕਟ ਕਰਾਂਗੇ ਸਭ ਤੋਂ ਛੋਟੇ ਪ੍ਰਾਈਮ ਨੂੰ 2 ਨੂੰ ਯਾਨੀ ਕਿ 17 ਮਰਨਾ ਚਾਹੀਦਾ ਇਸ ਦਾ ਆਨਸਰ ਜੋ ਕਿ ਹੈ ਸੀ ਆਪਸ਼ਨ ਦੇ ਵਿੱਚ ਸੋ ਕਹਿੰਦਾ 256 ਨੂੰ ਨੈਕਸਟ ਕੁਐਸਚਨ ਦੇ ਵਿੱਚ ਦੋ ਦੀ ਘਾਤ ਦੇ ਰੂਪ ਵਿੱਚ ਲਿਖਣਾ ਆਪਾਂ ਕਿਵੇਂ ਲਿਖ ਸਕਦੇ ਹਾਂ ਸੋ ਇਹਦੇ ਤੁਸੀਂ ਪ੍ਰਾਈਮ ਫੈਕਟਰਸ ਬਣਾ ਸਕਦੇ ਹੋ 256 ਦੇ ਹਾਂਜੀ ਪਹਿਲਾਂ ਦੋ ਤੇ 128 ਫਿਰ ਦੋ ਤੇ 64 ਫਿਰ ਦੋ ਤੇ 32 ਫਿਰ ਦੋ ਤੇ 16 ਦੋ ਤੇ 8 ਦੋ ਤੇ 4 ਦੋ ਤੇ 2 ਤੇ 2 ਤੇ 1 ਕਿੰਨੀ ਵਾਰ 2 ਆਇਆ 1 2 3 दा उस दा उस दा 4 5 6 7 8 ਸੋ 2 ਦੀ ਘਾਤ 8 ਬਣੇਗਾ ਇਸ ਦਾ ਆਨਸਰ ਹਾਂਜੀ ਅੱਗੇ ਕਹਿੰਦਾ 4.2 3.8 ਤੇ 7.6 ਦਾ ਔਸਤ ਯਾਨੀ ਕਿ ਮੀਨ ਜਾਂ ਫਿਰ ਐਵਰੇਜ ਜਿਹਨੂੰ ਆਪਾਂ ਬੋਲਦੇ ਹਾਂ ਉਹ ਕਹਿੰਦਾ ਪਤਾ ਕਰਨੀ ਹਾਂਜੀ ਇਹਨਾਂ ਦਾ ਜੋੜ ਕਰਾਂਗੇ 4.2 3.8 7.6 ਤੇ ਉਹਨੂੰ ਡਿਵਾਈਡ ਕਰਾਂਗੇ ਕਿੰਨੇ ਅੰਕੜੇ ਨੇ ਇਹ 3 ਉਹਦੇ ਨਾਲ ਸੋ ਇਹ 4 ਤੇ 4 8 ਹੋ ਗਿਆ 8 7 15.6 ਹੋ ਗਿਆ ਓਵਰ 3 ਸੋ ਇਹਨੂੰ ਕਟਿੰਗ ਕਰਨ ਤੋਂ ਬਾਅਦ ਮਿਲੇਗਾ 5.2 ਇਸ ਦਾ ਆਨਸਰ ਜੋ ਕਿ ਪਿਆ ਤੀਜੀ অপਸ਼ਨ ਦੇ ਵਿੱਚ ਹਾਂਜੀ ਨੈਕਸਟ ਕੁਐਸਚਨ ਹੈ ਜਿਹੜਾ ਇਹਦੇ ਵਿੱਚ ਬਿਲਕੁਲ ਇਹੀ ਕੁਐਸਚਨ 2013 ਦੇ ਪੇਪਰ 'ਚ ਵੀ ਆਇਆ ਸੀ ਹਾਂਜੀ ਆਪਾਂ ਨੂੰ ਦਿੱਤਾ ਹੋਇਆ ਕਿ AOB ਚੱਕਰ ਦਾ ਵਿਆਸ ਹੈ ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਇਸ ਨੂੰ ਦੋ ਅਰਧ ਚੱਕਰਾਂ 'ਚ ਵੰਡੇਗਾ ਤੇ ਉੱਪਰ ਵੀ ਅਰਧ ਚੱਕਰ ਹੈ ਹੇਠਾਂ ਵੀ ਉੱਪਰ ਜਿਹੜਾ ਅਰਧ ਚੱਕਰ ਹੈ ਹੁਣ ਇਹਦੇ ਵਿੱਚ ਆਹ ਜਿਹੜਾ ਐਂਗਲ ਹੋਏਗਾ ਇਹ ਹੋਏਗਾ 90 ਡਿਗਰੀ ਆਹ 60 ਹੈ ਆ ਐਂਗਲ ਆਪਾਂ ਪਤਾ ਕਰਨਾ ਹੈ ਆ 90 ਹੈ ਤਾਂ ਇਹਨਾਂ ਦੋਨਾਂ ਦਾ ਜੋੜ ਵੀ ਹੋਏਗਾ 90 ਉਹਦੇ ਵਿੱਚੋਂ ਇਹ ਆਪਾਂ ਨੂੰ 30 ਡਿਗਰੀ as ਅਨਸਰ ਮਿਲ ਜੇਗਾ ਸੋ ਦੂਜੀ ਆਪਸ਼ਨ கரੈਕਟ ਆਪਸ਼ਨ ਹੈ ਜਾਂ ਫਿਰ ਤੁਸੀਂ ਇੱਥੇ ਐਂਗਲ ਸਮ ਪ੍ਰੋਪਰਟੀ ਯੂਜ਼ ਕਰ ਸਕਦੇ ਹੋ 105 ਨੰਬਰ ਕੁਐਸਚਨ ਤੇ ਆੰਦੇ ਆ ਕਹਿੰਦਾ ਕਿਹੜਾ ਕਥਨ ਗਲਤ ਹੈ 0/1 ਪਰ ਮੇ ਇਹ ਸੰਖਿਆ ਹੈ ਹਾਂਜੀ ਇਹ ਤਾਂ ਬਿਲਕੁਲ ਠੀਕ ਹੈ ਕਿਉਂਕਿ 0/1 ਲਿਖ ਸਕਦੇ ਹਾਂ ਤੇ p/q ਰੂਪ ਚ ਜ ਪਰ ਇਹ ਮੇਂ ਸੰਖਿਆ ਯਾਨੀ ਕਿ ਰੈਸ਼ਨਲ ਨੰਬਰ ਹੁੰਦੀ ਹੈ ਸੋ ਇਹ ਤਾਂ ਹੈ ਕਰੈਕਟ 27 ਕਹਿੰਦਾ 3 ਦਾ ਗੁਣ ਗੁਣਨផល ਨਹੀਂ ਇੱਥੇ ਗੁਣਨਖੰਡ ਹੋਣਾ ਚਾਹੀਦਾ ਸੀ ਯਾਨੀ ਕਿ ਫੈਕਟਰ ਤੇ ਇਹ ਗਲਤ ਹੈ ਆਪਣੇ ਕੋਲ ਕਿਉਂਕਿ 27 3 ਦਾ ਗੁਣਨਖੰਡ ਨਹੀਂ ਹੈ ਫੈਕਟਰ ਨਹੀਂ ਹੈ ਵੱਡੀ ਸੰਖਿਆ ਛੋਟੀ ਸੰਖਿਆ ਦਾ ਕਦੇ ਵੀ ਫੈਕਟਰ ਨਹੀਂ ਹੋ ਸਕਦੀ ਛੋਟੀ ਸੰਖਿਆ ਵੱਡੀ ਦਾ ਫੈਕਟਰ ਹੁੰਦੀ ਹੈ ਵੱਡੀ ਤਾਂ ਛੋਟੀ ਦਾ ਮਲਟੀਪਲ ਹੋ ਸਕਦੀ ਹੁੰਦੀ ਹੈ ਮਲਟੀਪਲ ਜਾਂ ਫਿਰ ਗੁਣਜ ਪੰਜਾਬੀ ਚ ਗੁਣਜ ਬੋਲਦੇ ਆ ਇੰਗਲਿਸ਼ ਚ ਮਲਟੀਪਲ ਸੋ ਇਹ ਹੈ ਇਨਕਰੈਕਟ ਤੇ 215 225 ਦਾ ਵਰਗਮੂਲ ਤਾਂ 15 ਹੀ ਹੁੰਦਾ ਹੈ ਤਾਂ ਠੀਕ ਹੈ ਤੇ 7 ਹੈ ਜਿਹੜਾ 56 ਦਾ ਗੁਣਨਖੰਡ ਹੈ ਹਾਂਜੀ ਇੱਥੇ ਦੇਖੋ ਛੋਟੀ ਵੱਡੀ ਦਾ ਗੁਣਨਖੰਡ ਹੁੰਦੀ ਹੈ ਸੋ ਇਹ ਵੀ ਠੀਕ ਹੈ ਤੇ ਨਾਲੇ ਛੋਟੀ 56 ਦੇ ਟੁਕੜੇ ਕਰੀਏ ਤਾਂ ਉਹਨਾਂ ਚ 7 ਆਂਦਾ ਹੈ ਜਾਂ ਫਿਰ 7 ਦੇ ਪਹਾੜੇ 56 ਆਂਦਾ ਤਾਂ ਫਿਰ 7 ਨੂੰ 56 ਦਾ ਗੁਣਨਖੰਡ ਕਿਹਾ ਜਾਂਦਾ ਹੈ ਸੋ ਦੂਜੀ অপਸ਼ਨ ਇਸ ਦੇ ਲਈ ਸਹੀ অপਸ਼ਨ ਸੀ ਕਿਉਂਕਿ ਇਹ ਹੀ ਇਹਨਾਂ ਦੇ ਵਿੱਚੋਂ ਗਲਤ ਸੀ ਸੋ ਸਟੂਡੈਂਟਸ ਇਸ ਦੇ ਨਾਲ ਹੀ ਤੁਹਾਡੇ 2016 ਦੇ ਐਨਐਮਐਸ ਦੇ ਪੇਪਰ ਦੇ ਵਿੱਚੋਂ ਮੈਥ ਦਾ ਪੋਜੀਸ਼ਨ ਹੁੰਦਾ ਹੈ ਕੰਪਲੀਟ ਮੈਨੂੰ ਉਮੀਦ ਹੈ ਜੋ ਅੱਜ ਆਪਾਂ ਕੁਐਸਚਨਸ ਸੋਲਵ ਕੀਤੇ ਨੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਫੇਰ ਵੀ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਚੰਗੀ ਲੱਗੀ ਹੋਏ ਤਾਂ ਇਸ ਨੂੰ ਲਾਈਕ ਕਰਨਾ ਤੇ ਆਪਣੇ ਹੋਰ ਫਰੈਂਡਸ ਤੇ ਸਟੂਡੈਂਟਸ ਨਾਲ ਸ਼ੇਅਰ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਥੈਂਕਸ